ਸਾਉਣ ਮਹੀਨੇ ਦੇ ਵਿੱਚ ਪੰਜਾਬੀ ਵਿਰਸੇ ਨੂੰ ਦਰਸਾਉਂਦਾ ਔਰਤਾਂ ਵੱਲੋਂ ਮਨਾਇਆ ਜਾਂਦਾ ਤੀਆਂ ਦਾ ਤਿਉਹਾਰ ਪੰਜਾਬ ਦੇ ਕੋਨੇ ਕੋਨੇ ਵਿੱਚ ਬੜੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ। ਵਿਆਹ ਤੋਂ ਬਾਅਦ ਜਦੋਂ ਕੁੜੀਆਂ ਆਪਣੇ ਪੇਕੇ ਆਉਂਦੀਆਂ ਹਨ ਤਾਂ ਪਿੰਡ ਦੀਆਂ ਕੁੜੀਆਂ ਅਤੇ ਔਰਤਾਂ ਦੇ ਨਾਲ ਮਿਲ ਕੇ ਸਾਂਝੇ ਤੌਰ 'ਤੇ ਇਹ ਤਿਉਹਾਰ ਮਨਾਇਆ ਜਾਂਦਾ ਹੈ, ਜਿਸ ਦੇ ਵਿੱਚ ਮਹਿੰਦੀ ਲਗਾਉਣਾ, ਪੀਂਘਾਂ ਝੂਟਣਾ, ਲੋਕ ਗੀਤ ਗਾਉਣ ਜਿਹੇ ਸ਼ਗਨ ਮਨਾਏ ਜਾਂਦੇ ਹਨ। ਪੰਜਾਬ ਦੇ ਇਸ ਵਿਰਸੇ ਪ੍ਰਤੀ ਨਵੀਂ ਪੀੜ੍ਹੀ ਨੂੰ ਜਾਗਰੂਕ ਕਰਨ ਦੇ ਹਿੱਤ ਸਰਕਾਰੀ ITI ਨੰਗਲ ਲੜਕੀਆਂ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ, ਜਿਸ ਦੇ ਵਿੱਚ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੇ ਮਾਤਾ ਬਲਵਿੰਦਰ ਕੌਰ ਬੈਂਸ ਅਤੇ ਪਿਤਾ ਸੋਹਣ ਸਿੰਘ ਬੈਂਸ ਬਤੌਰ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ। ਇਸ ਮੌਕੇ ਦੇ ਉੱਤੇ ਸਮਾਗਮ ਦੇ ਵਿੱਚ ਸਥਾਨਕ ਆਪ ਆਗੂ ਡਾਕਟਰ ਸੰਜੀਵ ਗੌਤਮ ਆਪਣੀ ਧਰਮ ਪਤਨੀ ਦੇ ਨਾਲ ਪਹੁੰਚੇ, ਜਿਨ੍ਹਾਂ ਬੱਚਿਆਂ ਦੇ ਸਾਹਮਣੇ ਆਪਣੇ ਵਿਚਾਰ ਰੱਖੇ ਅਤੇ ਇਸ ਤੀਆਂ ਦੇ ਤਿਉਹਾਰ ਦੀ ਬੱਚਿਆਂ ਨੂੰ ਵਧਾਈ ਵੀ ਦਿੱਤੀ। ਸਮਾਗਮ ਦੇ ਵਿੱਚ ਸੰਸਥਾ ਦੀਆਂ ਲੜਕੀਆਂ ਵੱਲੋਂ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਇਲਾਕੇ ਦੀ ਪ੍ਰਮੁੱਖ ਸੰਸਥਾ ਭਾਰਤ ਵਿਕਾਸ ਪਰਿਸ਼ਦ ਵੱਲੋਂ ਵੀ ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਦੇ ਵਿੱਚ ਸਹਿਯੋਗ ਕੀਤਾ ਗਿਆ ਅਤੇ ਇਸ ਦੇ ਨਾਲ ਨਾਲ ਵਾਤਾਵਰਣ ਦੀ ਸੰਭਾਲ ਹਿੱਤ ITI ਦੇ ਵਿੱਚ ਰੁੱਖ ਵੀ ਲਗਾਏ ਗਏ। ਇਸ ਸਮਾਗਮ ਨੂੰ ਲੈ ਕੇ ਡਾਕਟਰ ਸੰਜੀਵ ਗੌਤਮ ਅਤੇ ITI ਦੇ ਪ੍ਰਿੰਸੀਪਲ ਸਰਦਾਰ ਗੁਰਨਾਮ ਸਿੰਘ ਭੱਲੀ ਨੇ ਕੀ ਕਿਹਾ, ਆਓ ਸੁਣਦੇ ਹਾਂ। ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ। ਦੇਖੋ, ਸਰਦਾਰ ਹਰਜੋਤ ਸਿੰਘ ਜੀ ਬੈਂਸ, ਕੈਬਨਿਟ ਮੰਤਰੀ ਪੰਜਾਬ, ਉਹਨਾਂ ਦੀ ਰਹਿਨੁਮਾਈ ਹੇਠ ਜੋ ਇਹ ਸੰਸਥਾ ਚੱਲ ਰਹੀ ਹੈ, ਉਹਦੇ ਵਿੱਚ ਅੱਜ ਤੀਆਂ ਦਾ ਤਿਉਹਾਰ, ਜੋ ਸਾਡੇ ਪੰਜਾਬ ਦਾ ਇੱਕ ਸੱਭਿਆਚਾਰਕ ਵਿਰਸਾ ਹੈ, ਉਹਨੂੰ ਬਚਾਉਣ ਵਾਸਤੇ, ਉਹਦੇ ਪ੍ਰਤੀ ਬੱਚਿਆਂ ਨੂੰ, ਨਵੀਂ ਪੀੜ੍ਹੀ ਨੂੰ ਜਾਗਰੂਕ ਕਰਨ ਵਾਸਤੇ ਇਹ ਮਨਾਇਆ ਗਿਆ। ਇਹਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਕੈਬਨਿਟ ਮੰਤਰੀ ਹਰਜੋਤ ਸਿੰਘ ਜੀ ਬੈਂਸ ਦੇ ਮਾਤਾ ਬਲਵਿੰਦਰ ਕੌਰ ਬੈਂਸ ਜੀ, ਪਿਤਾ ਸਰਦਾਰ ਸੋਹਣ ਸਿੰਘ ਜੀ ਬੈਂਸ, ਉਹਨਾਂ ਵੱਲੋਂ ਵਿਸ਼ੇਸ਼ ਤੌਰ 'ਤੇ ਮੁੱਖ ਮਹਿਮਾਨ ਵੱਲੋਂ ਸ਼ਿਰਕਤ ਕੀਤੀ ਗਈ ਹੈ। ਇਸ ਦੇ ਨਾਲ ਹੀ ਸਾਡੇ ਅੱਜ ਸਮਾਜ ਸੇਵੀ ਸੰਸਥਾ ਭਾਰਤ ਵਿਕਾਸ ਪਰਿਸ਼ਦ, ਇਹਨਾਂ ਨੇ ਵੀ ਸਾਨੂੰ ਪੂਰਾ ਸਹਿਯੋਗ ਦਿੱਤਾ ਹੈ। ਸੋ ਇਹਨਾਂ ਦੇ ਸਹਿਯੋਗ ਦੇ ਨਾਲ ਅੱਜ ਇਸ ਨੰਗਲ ਦੇ ਵਿੱਚ ITI ਦੇ ਵਿੱਚ ਇਹ ਪ੍ਰੋਗਰਾਮ ਹੈ ਕਰਵਾਇਆ ਗਿਆ, ਜਿਹਦੇ ਵਿੱਚ ਸੱਭਿਆਚਾਰ ਨੂੰ ਸੰਬੰਧਿਤ ਬੱਚਿਆਂ ਨੂੰ ਵੱਖ ਵੱਖ ਬੰਦੀਆਂ ਪੇਸ਼ ਕੀਤੀਆਂ ਗਈਆਂ ਅਤੇ ਜਿਨ੍ਹਾਂ ਵਿੱਚ ਕਾਫੀ ਬੱਚਿਆਂ ਦੇ ਵਿੱਚ ਉਤਸ਼ਾਹ ਦੇਖਿਆ ਗਿਆ। ਸੋ ਇਹ ਬਹੁਤ ਸ਼ੋਰਟ ਸਮੇਂ ਦੇ ਵਿੱਚ, ਬਹੁਤ ਘੱਟ ਸਮੇਂ ਦੇ ਵਿੱਚ ਜਿਹੜਾ ਇਹ ਪ੍ਰੋਗਰਾਮ ਤਿਆਰ ਕੀਤਾ ਗਿਆ ਸੀਗਾ। ਸੋ ਇਹਦੇ ਵਿੱਚ ਕਾਫੀ ਬੱਚਿਆਂ ਨੇ ਆਨੰਦ ਮਾਣਿਆ। ਇਸ ਦੇ ਨਾਲ ਹੀ ਜੋ ਅੱਜ ਮੇਨ ਲੋੜ ਹੈ ਵਾਤਾਵਰਨ ਨੂੰ ਬਚਾਉਣ ਵਾਸਤੇ, ਉਹਦੇ ਵਿੱਚ ਸੰਸਥਾ ਵਿੱਚ ਪੌਦੇ ਵੀ ਲਗਾਏ ਗਏ ਹੈ। ਸੋ ਸਾਰਿਆਂ ਇੱਕ ਵਾਰੀ ਮੈਂ ਜੀ ਆਇਆਂ ਕਹਿੰਦਾ ਧੰਨਵਾਦ। ਅੱਜ ਸਰ ITI ਦੇ ਵਿੱਚ ਜਿਹੜਾ ਸਾਉਣ ਦੇ ਮਹੀਨੇ ਦੇ ਤੀਜਾਂ ਦਾ ਪ੍ਰੋਗਰਾਮ ਹੁੰਦਾ, ਇਹਦੇ ਬਾਰੇ ਸੀਗਾ
ITA ਦੀਆਂ ਲੜਕੀਆਂ ਨੇ ਬੜੀ ਅੱਛੀ ਪਰਫੋਰਮੈਂਸ ਔਰ ਉਹਨਾਂ ਨੇ ਅੱਜ ਪਲਾਂਟ ਵੀ ਲਗਾਏ ਹੈ ਅਤੇ ਜਿਹੜਾ ਸੰਸਾਰ ਹੈ ਇਹ ਸਰ ਬਿਨਾਂ ਔਰਤਾਂ ਤੋਂ ਕੁਛ ਨਹੀਂ ਹੈ। ਮਹਿਲਾਵਾਂ ਦਾ ਖਾਸ ਕਰ ਪੂਰਾ ਜਿਹੜਾ ਸਮਾਜ ਹੈ ਉਹ ਪੂਰਾ ਧਿਆਨ ਵੀ ਰੱਖਦਾ ਅਤੇ ਉਸ ਧਿਆਨ ਨੂੰ ਰੱਖਦੇ ਹੋਏ ਜਿਹੜੀ ਧਰਤੀ ਹੈ ਇਹਨੂੰ ਫਰਟਾਈਲ ਕਰਨ ਵਾਸਤੇ ਜਿਹੜੀ ਪਲਾਂਟੇਸ਼ਨ ਉਹਦੀ ਵੀ ਜ਼ਰੂਰਤ ਹੈ। ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਇਹਨਾਂ ਦਿਨਾਂ ਦੇ ਵਿੱਚ ਧੁੱਪ ਦਾ, ਹਵਾ ਦਾ ਅਤੇ ਪਾਣੀ ਦਾ ਤਿੰਨੋਂ ਚੀਜ਼ਾਂ ਦਾ ਇੱਕ ਵਿਸ਼ੇਸ਼ ਮਹੱਤਵ ਹੈ, ਜਿਹਦੇ ਵਿੱਚ ਇਹਨਾਂ ਤਿੰਨਾਂ ਚੀਜ਼ਾਂ ਵਿੱਚੋਂ ਜੇ ਹਵਾ ਡਿਸਟਰਬ ਹੋਈ ਤਾਂ ਵੀ ਅਸੀਂ ਡਿਸਟਰਬ ਹੁੰਦੇ, ਜੇ ਧੁੱਪ ਡਿਸਟਰਬ ਹੋਈ ਤਾਂ ਵੀ ਹੁੰਦੇ, ਜੇ ਪਾਣੀ ਸਾਡਾ ਡਿਸਟਰਬ ਹੋਏ ਫਿਰ ਵੀ ਹੁੰਦਾ। ਮੇਰਾ ਕਹਿਣ ਦਾ ਮਤਲਬ ਹੈ ਸਾਨੂੰ ਤਿੰਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਸੰਸਾਰ ਦੀ ਜਿਹੜੀ ਉਪਜ ਹੈ ਮਨੁੱਖਤਾ ਦਾ ਧਿਆਨ ਰੱਖਣ ਵਾਸਤੇ ਸਿਰਫ ਪਲਾਂਟੇਸ਼ਨ ਹੀ ਬਹੁਤ ਜ਼ਰੂਰੀ ਹੈ। ਔਰ ਜਿਹੜਾ ਆਦਮੀ ਦਾ ਮਾਇੰਡ ਹੈ ਉਸ ਮਾਇੰਡ ਨੂੰ ਅਤੇ ਉਹਦਾ ਜਿਹੜਾ ਬੋਡੀ ਹੈ ਦੋਨਾਂ ਚੀਜ਼ਾਂ ਨੂੰ ਫਿੱਟ ਰੱਖਣ ਵਾਸਤੇ, ਮਨੁੱਖ ਦਾ ਜਲਦੀ ਉੱਠਣਾ, ਹਵਾ ਦਾ ਜਿਹੜਾ ਸੁੱਖ ਦਾ ਸਾਹ ਲੈਣ ਵਾਸਤੇ, ਆਕਸੀਜਨ ਦੀ ਬਹੁਤਾਤ ਧਰਤੀ ਪਰ ਬਣਾਉਣ ਵਾਸਤੇ, ਕਾਰਬਨ ਡਾਈਆਕਸਾਈਡ ਦੇ ਲੇਵਲ ਨੂੰ ਰੱਖਣ ਵਾਸਤੇ, ਸਭ ਤੋਂ ਬਾਰ ਬਾਰ ਕਹਿਣ ਦੀ ਇੱਕੋ ਹੀ ਗੱਲ, ਦਰਖਤ ਲਗਾਉਣਾ, ਦਰਖਤ ਲਗਾਉਣਾ, ਅਤੇ ਦਰਖਤ ਲਗਾਉਣ ਤੋਂ ਇਲਾਵਾ ਕੁਛ ਨਹੀਂ ਹੈ। ਧੰਨਵਾਦ, ਮਿਹਰਬਾਨੀ।